ਦੈਨਿਕ ਸਵੇਰਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਨ ਕੁਮਾਰ। ਪੰਜਾਬ ਦੇ ਵਿੱਚ ਸੁਰੱਖਿਆ ਵਿੰਗ ਦੀ ਇੱਕ ਅਹਿਮ ਮੀਟਿੰਗ DGP ਗੌਰਵ ਯਾਦਵ ਦੇ ਨਾਲ ਹੋਈ ਹੈ ਔਰ ਦੱਸਿਆ ਜਾ ਰਿਹਾ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਸਿੰਗਰਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਕੀਤਾ ਗਿਆ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਪੰਜਾਬੀ ਗਾਇਕ ਨੇ ਕੁਛ ਪੰਜਾਬੀ ਗਾਇਕਾਂ ਨੂੰ ਛੱਡ ਕੇ ਬਾਕੀਆਂ ਦੀ ਸੁਰੱਖਿਆ ਜਿਹੜੀ ਹੈ ਉਹ ਵਾਪਸ ਲਈ ਜਾ ਸਕਦੀ ਹੈ। ਸੋ ਇਹਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਲਈ ਮੇਰੇ ਸਹਿਯੋਗੀ ਵਿਨੀਤ ਕਪੂਰ ਮੇਰੇ ਨਾਲ ਜੁੜੇ ਹੋਏ ਨੇ। ਵਿਨੀਤ, ਵੱਡੀ ਖਬਰ ਪੰਜਾਬ ਦੇ ਸਿੰਗਰਾਂ ਦੇ ਨਾਲ ਜਿਹੜੀ ਜੁੜੀ ਹੋਈ ਹੈ, ਇਸ ਦੇ ਵਿੱਚ ਕੀ ਅਪਡੇਟ ਹੈ ਕਿ ਕੀ ਸਮੀਖਿਆ ਦੇ ਵਿੱਚ ਕੀ ਕੁਛ ਖਾਸ ਰਿਹਾ ਹੈ? ਬਿਲਕੁਲ, ਦੇਖੋ, ਜਿਸ ਢੰਗ ਦੇ ਨਾਲ ਪੰਜਾਬ ਦੇ DGP ਦੀ ਤਰਫੋਂ ਜਿਹੜੀ VVIP ਸਿਕਿਉਰਿਟੀ ਆਈ ਹੈ, ਤਾਂ ਜਿਹੜੀ ਗਾਇਕਾਂ ਦੀ ਸਿਕਿਉਰਿਟੀ ਹੈ ਉਸ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਜਿਹੜੀ ਹੈ ਇੱਕ ਵੱਡੀ ਬੈਠਕ ਕੀਤੀ ਗਈ ਸੀ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਕਿ ਇਸ ਬੈਠਕ ਦੇ ਵਿੱਚ ਪੈਟਰੋਲ ਵਿਭਾਗ ਦੇ ਤੇ ਜਿਹੜੇ IP ਦੇ ਵੀ ਅਧਿਕਾਰੀ ਸ਼ਾਮਲ ਹੋਏ ਸੀ, ਜਿਸ ਦੇ ਵਿੱਚ ਸ਼ਬਦਾਂ ਦੇ ਵਿੱਚ ਰਿਵਿਊ ਕੀਤਾ ਗਿਆ ਕਿ ਜਿਹਨਾਂ ਨੂੰ ਸਿਕਿਉਰਿਟੀ ਮਿਲੀ ਹੈ ਉਹਨਾਂ ਦੀ ਸਿਕਿਉਰਿਟੀ ਦਾ ਜਿਹੜਾ ਗਰਾਊਂਡ ਕੀ ਹੈ ਔਰ ਕਿਆ ਉਹਨਾਂ ਨੂੰ ਸਿਕਿਉਰਿਟੀ ਦੇਣਾ ਵਾਜਿਬ ਹੈ, ਤੇ ਇਸਦੇ ਉੱਪਰ ਜਿਹੜਾ ਰਿਵਿਊ ਹੋਇਆ ਹੈ ਉਸਦੇ ਵਿੱਚ ਸਿੱਧੇ ਤੌਰ ਤੇ ਇੱਕ ਸਿੰਗਰ ਇਹੋ ਜਿਹੇ ਨੇ, ਕਿਉਂਕਿ ਸੁਰੱਖਿਆ ਵਿੰਗ ਦੀ ਤਰਫੋਂ ਵੀ ਰਿਪੋਰਟ ਜਿਹੜੀ ਹੈ ਉਹ DGP ਦੇ ਸਾਹਮਣੇ ਰੱਖੀ ਗਈ ਸੀ, ਜਿਸ ਦੇ ਵਿੱਚ ਸਪਸ਼ਟ ਹੋਇਆ ਕਿ ਕਈ ਸਿੰਗਰ ਇਹੋ ਜਿਹੇ ਹੈ ਜਿਹਨਾਂ ਨੂੰ ਸਿਕਿਉਰਿਟੀ ਤਾਂ ਦਿੱਤੀ ਹੋਈ ਹੈ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਇਫੈਕਟ ਉਹਨਾਂ ਨੂੰ ਨਹੀਂ ਹੈ। ਇਸ ਕਰਕੇ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਲੈਣ ਦੇ ਉੱਪਰ ਵੀ ਚਰਚਾ ਹੋਈ ਹੈ, ਕਿਉਂਕਿ ਸਿਕਿਉਰਿਟੀ ਵਿੰਗ ਦੀ ਤਰਫੋਂ ਜਿਹੜੀ ਪ੍ਰੈਜੈਂਟੇਸ਼ਨ ਦਿੱਤੀ ਗਈ ਹੈ ਉਸਦੇ ਵਿੱਚ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਗਿਆ ਕਿ ਕੁਛ ਸਿੰਗਰ ਹੈ ਜਿਸਦੇ ਵਿੱਚ ਬੂਮਾਨ ਦੀ ਗੱਲ ਕਰੀਏ ਚਾਹੇ ਗਿੱਪੀ ਗਰੇਵਾਲ ਦੀ ਗੱਲ ਕਰੀਏ ਕਿ ਇਹਨਾਂ ਨੂੰ ਜ਼ਰੂਰ ਥ੍ਰੈਟ ਹੈਗੇ ਨੇ ਤੇ ਇਹਨਾਂ ਨੂੰ ਸੁਰੱਖਿਆ ਜਿਹੜੀ ਹੈ ਉਹ ਦੇਣੀ ਬਣਦੀ ਹੈ। ਇਸ ਤੋਂ ਇਲਾਵਾ ਜਿਹੜੇ ਕਈ ਹੋਰ ਸਿੰਗਰ ਨੇ ਉਹਨਾਂ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਇਸ ਕਰਕੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਵਾਪਸ ਲੈ ਲਿੱਤੀ ਹੈ। ਲੇਕਿਨ ਵਾਪਸ ਲੈਣ ਦੇ ਨਾਲ ਹੀ ਇੱਕ ਚੀਜ਼ ਹੋਰ ਵੀ ਇਸ ਦੇ ਵਿੱਚ ਸਪਸ਼ਟ ਕੀਤੀ ਗਈ ਹੈ ਕਿ ਜੇਕਰ ਕਿਸੇ ਕਲਾਕਾਰ ਨੂੰ ਕਿਸੇ ਵੀ ਕਾਰਨ ਤੋਂ ਸੁਰੱਖਿਆ ਚਾਹੀਦੀ ਹੈ ਤੇ ਪੁਲਿਸ ਕਰਮੀਆਂ ਦਾ ਜਿਹੜਾ ਖਰਚਾ ਹੈ ਉਹ ਉਸਨੂੰ ਪੇਡ ਸਿਕਿਉਰਿਟੀ ਯਾਨੀ ਉਹ ਹਾਸਲ ਕਰ ਸਕਦਾ ਹੈ, ਪੁਲਿਸ ਕਰਮੀਆਂ ਦਾ ਖਰਚਾ ਉਸਨੂੰ ਖੁਦ ਚੱਕਣਾ ਪਏਗਾ। ਪੇਡ ਸਿਕਿਉਰਿਟੀ ਜਿਹੜੀ ਹੈ ਉਹ ਪੁਲਿਸ ਉਸਨੂੰ ਸਿੱਧੇ ਤੌਰ ਤੇ ਉਪਲਬਧ ਕਰਵਾਏਗੀ। ਇਸ ਦੇ ਨਾਲ ਹੀ ਜੇਕਰ ਕੋਈ ਇਸ ਤਰ੍ਹਾਂ ਦਾ ਆਵੇਦਨ ਕਰਦਾ ਵੀ ਹੈ ਤੇ ਉਸਦੀ ਪੂਰੀ ਦੀ ਪੂਰੀ ਜਿਹੜੀ ਕਹਿ ਸਕਦੇ ਰਿਪੋਰਟ ਹੈ ਉਹ ਖੁਫੀਆ ਏਜੰਸੀਆਂ ਦੀ ਤਰਫੋਂ ਤਿਆਰ ਕੀਤੀ ਜਾਏਗੀ ਕਿ ਇਸਦੀ ਜਿਹੜੀ ਸੁਰੱਖਿਆ ਇਸਨੂੰ ਦਿੱਤੀ ਜਾ ਰਹੀ ਹੈ ਉਸਦੇ ਵਿੱਚ ਇਸ ਨੂੰ ਵਾਕਿਆ ਕੋਈ ਸੁਰੱਖਿਆ ਦੀ ਲੋੜ ਹੈ। ਲੇਕਿਨ ਪੇਡ ਸਿਕਿਉਰਿਟੀ ਜਿਹੜੇ ਲੈਣਾ ਚਾਹੁੰਦੇ ਨੇ ਸਿੰਗਰ ਹੋਣ ਇੰਡਸਟਰੀ ਲਿਸਟ ਹੋਣ ਜਿਹਨਾਂ ਨੂੰ ਕੋਈ ਖਤਰਾ ਨਹੀਂ ਹੈ ਜਿਹਨਾਂ ਨੂੰ ਕੋਈ ਥ੍ਰੈਟ ਨਹੀਂ ਹੈ ਉਹ ਪੇਡ ਸਿਕਿਉਰਿਟੀ ਪੁਲਿਸ ਤੋਂ ਲੈ ਸਕਦੇ ਨੇ, ਪੁਲਿਸ ਉਹਨਾਂ ਨੂੰ ਪੇਡ ਸਿਕਿਉਰਿਟੀ ਦੇਗੀ। ਲੇਕਿਨ ਹੁਣ ਇੱਕ ਵੱਡਾ ਰਿਵਿਊ ਹੋਇਆ ਔਰ ਕਈ ਸਿੰਗਰਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਹੁਣ ਵਾਪਸ ਲਿੱਤੀ ਜਾਊਗੀ ਜਿਸ ਢੰਗ ਦੇ ਨਿਰਦੇਸ਼ ਜਿਹੜੇ ਨੇ ਕੱਲ ਦੀ ਮੀਟਿੰਗ ਤੋਂ ਬਾਅਦ ਜਾਰੀ ਹੁੰਦੇ ਹੋਏ ਨਜ਼ਰ ਆ ਰਹੇ ਨੇ। ਜੀ, ਤਮਾਮ ਜਾਣਕਾਰੀ ਲਈ ਧੰਨਵਾਦ। ਸੋ ਇਹ ਸੀ ਸਾਡੇ ਸਹਿਯੋਗੀ ਵਿਨੀਤ ਕਪੂਰ ਜਿਨ੍ਹਾਂ ਨੇ ਦੱਸਿਆ ਹੈ ਕਿ ਪੰਜਾਬ ਦੇ DGP ਗੌਰਵ ਯਾਦਵ ਦੇ ਨਾਲ ਇੱਕ ਸੁਰੱਖਿਆ ਵਿੰਗ ਦੀ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਇਹ ਅਹਿਮ ਫੈਸਲੇ ਲਏ ਗਏ ਨੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਸਿੰਗਰ ਨੇ ਜਿਨ੍ਹਾਂ ਨੂੰ ਅੱਜ ਤੱਕ ਕਦੇ ਕੋਈ ਥ੍ਰੈਟ ਨਹੀਂ ਆਇਆ ਪਰ ਉਹਨਾਂ ਨੂੰ ਸੁਰੱਖਿਆ ਜਿਹੜੀ ਹੈ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਹੋਈ ਹੈ। ਪਰ ਹੁਣ ਇਸ ਸਮੀਖਿਆ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਸੁਰੱਖਿਆ ਦੀ ਵਾਕਈ ਲੋੜ ਹੈ ਉਹਨਾਂ ਦੀ ਸੁਰੱਖਿਆ ਨੂੰ ਛੱਡ ਕੇ, ਕੁਛ ਸਿੰਗਰਸ ਦੀ ਸੁਰੱਖਿਆ ਨੂੰ ਛੱਡ ਕੇ ਬਾਕੀ ਸਿੰਗਰ ਜਿਹੜੇ ਨੇ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਕੋਈ ਥ੍ਰੈਟ ਨਹੀਂ ਹੈ, ਕਿਉਂਕਿ ਸੁਰੱਖਿਆ ਵਿੰਗ ਦੇ ਵੱਲੋਂ ਇੱਕ ਸਮੀਖਿਆ ਕੀਤੀ ਗਈ ਔਰ ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹਨਾਂ ਸਿੰਗਰਸ ਨੂੰ ਸੁਰੱਖਿਆ ਦੀ ਲੋੜ ਨਹੀਂ ਹੈ, ਉਹਨਾਂ ਦੀ ਸੁਰੱਖਿਆ ਵਾਪਸ ਲਈ ਜਾਏਗੀ। ਔਰ ਜੇਕਰ ਕਿਸੇ ਨੂੰ ਲੱਗਦਾ ਹੈ ਕਿ ਉਹਨੂੰ
ਸੁਰੱਖਿਆ ਦੀ ਲੋੜ ਹੈ ਅਤੇ ਉਹ ਪੇਡ ਸੁਰੱਖਿਆ ਲੈ ਸਕਦਾ, ਮਤਲਬ ਕਿ ਉਹਦਾ ਜਿਹੜਾ ਜਿੰਨੇ ਵੀ ਸੁਰੱਖਿਆ ਕਰਮੀ ਹੋਣਗੇ ਉਸਦਾ ਜਿਹੜਾ ਖਰਚਾ ਹੈ, ਖਰਚਾ ਜਿਹੜਾ ਹੈ ਉਹਨਾਂ ਨੂੰ ਖੁਦ ਪੇ ਕਰਨਾ ਪਏਗਾ। ਸੋ ਇੱਕ ਅਹਿਮ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਈ ਸਿੰਗਰਾਂ ਦੇ ਕੋਲੋਂ ਜਿਹੜੀ ਸੁਰੱਖਿਆ ਉਹ ਵਾਪਸ ਲਈ ਜਾ ਸਕਦੀ ਹੈ।